मारो मार भाई काम चलदा हथियार रखे पे फायदा कोई नी करना काम ओही मूह नाले नट खोलना बंद सिर पड़ देना है चार हिसाब रख तू किला डेढ़ किला बीजना जेड़ा 90 रुपए किलो बाकी बीजना 50 रुपए किलो वाला ਇਹਦਾ ਕੀ ਮਤਲਬ ਹੋਣਾ ਦੇਖਣਾ ਹੋਈ ਰੇਟ ਦੋਹਾਂ ਦੇ ਨਹੀਂ ਮਿਲਨੇ ਨਾ ਕੁਆਲਿਟੀ ਦੇਖਣੀ ਆਪਾਂ ਨੇ ਕੁਆਲਿਟੀ ਦੇਖਣੀ ਆ ਵੀ ਕੀ ਇਹ ਵਧੀਆ ਕਿਕਣਾ ਹੈ ਕੁਆਲਿਟੀ ਤਾਂ ਹੀ ਪਤਾ ਲੱਗੂਗਾ ਵੀ ਥੈਲੇ ਬਦਲੇ ਹੋਇਆ ਕਿ ਬੀਜ ਬਦਲੇ ਹੋਏ ਆ ਇਹ ਦੇਖਣਾ ਉਹੀ ਕੰਮ ਨਾ ਹੋਵੇ ਮੈਂ ਲਵਾਇਆ ਭਾਈ ਵਾਈਫਾਈ ਹਾਂ ਉਹ ਯਾਰ 4000 ਦਾ ਲਵਾ ਦੋ ਗਾ ਮੇਰੀ ਗੱਲ ਤਾਂ ਪੂਰੀ ਹੋ ਜਾਣਦੇ ਹਾਂ ਵਿੱਚੇ ਅੱਜ ਨਹੀਂ ਖੜਦੇ ਵੀ ਨਹੀਂ ਫਿਰ ਹੋਰ ਕਹਿੰਦਾ ਭਾਈ 60 ਦੀ ਸਪੀਡ ਆਊਗੀ ਹਾਂ ਚਲ ਆਉਂਦੀ ਰਹੀ 30 40 ਦੀ ਸਪੀਡ ਮੈਂ ਕਿਹਾ ਠੀਕ ਹੈ ਇੰਨੀ ਕਾਉਣੀ ਹੈ 30 40 ਦੀ ਬਹੁਤ ਆ ਫੇ ਮੈਨੂੰ ਕਹਿੰਦਾ ਭਾਈ ਤੂੰ ਬਈ 800 ਰੁਪਏ ਦਾ ਪੈਕ ਪਵਾ ਲਾ ਵੀ 100 ਦੀ ਆਊਗੀ ਮੈਂ 800 ਵਾਲਾ ਪਵਾਤਾ ਫੇ ਆਈ ਹੁਣੀ 60 ਦੀ 40 ਦੀ ਉਹ ਫਿਰ ਉਹੀ ਕੰਮ ਆ ਫੇ ਤੂੰ ਮਾਛੜ ਨੂੰ ਪੁੱਛ 55 ਰੁਪਏ ਵਾਲਾ ਤੇ 80 ਵਾਲਾ ਇੱਕੋ ਚੀਜ਼ ਹੈ ਫੇ ਤੂੰ ਮਾਛੜ ਨੂੰ ਪੁੱਛ ਵੀ 40 ਵਾਲੀ ਵਧੀਆ ਕਿ 100 ਵਾਲੀ ਵਧੀਆ ਫੇ ਉਹੀ ਕੰਮ ਹੋ ਗਿਆ ਵੀ ਮਾਛੜ ਨੂੰ ਕਹਿੰਦਾ ਸਪੀਡ ਦਾ ਮਾਛੜ ਨੂੰ ਗੱਲ ਦਾ ਪਤਾ ਨਹੀਂ ਤਾਂ 2 ਨਿਕਲ ਕੇ ਬੁੱਲਾ ਜਿਹਨੂੰ ਵਾਈਫਾਈ ਸਪੀਡ ਦੀ ਗੱਲ ਕਰਦਾ ਮੈਂ बाबा जी सट थोड़ी ज्यादा है वो मैं फोन कर रहा था कहने हुण MRI कराई कर दंदी ओदे सीट बेल्ट लाई हुई थी करूंगा मैं फोन सीट बेल्ट किथे बेल्ट है किथे करूंगी यार पिछे बटवाला मंगना घूम फिर सारे तड़के लंघ काम होना यार बंदा बचाई जावे तू तो मार कसना छी बस रब ने ही रख लिया पता लग्या ਰੋਪੜ ਜਾ ਕੇ ਪਤਾ ਲੱਗਿਆ ਵੀ ਕਿਆ ਬਣ ਗਿਆ ਚੱਕ ਚੱਲ ਬਾਬਾ ਜੀ ਦੇ ਹੁਣ MRI ਕਰਾਈ ਹੈ ਗਰਦਨ ਦੀ ਚਲੋ ਬਚਾਉ ਪੈ ਗਿਆ ਹੋ ਜਾਣਾ ਝੂਟਾ ਪਿਆ ਬਹੁਤ ਗੱਡੀ ਝੂਟਾ ਪਿਆ ਸੀਸੇ ਨਾਲ ਝੂਟਾ ਕਿਤੇ ਸਾਲਾ ਥੋੜੀ ਪਿਆ ਬਾ ਕਰਦੇ ਵੀ ਇਹਦੇ ਬੰਦੇ ਦਾ ਬਚਾਅ ਹੋਗਾ ਚਾਚੇ ਲੋਹਾ ਸਿੱਧਾ ਹੋ ਜਾਂਦਾ ਗੱਡੀ ਤਾਂ ਅਸੀਂ ਚਲਾ ਕੇ ਲਿਆਏ ਉੱਥੇ ਤੇ ਗੱਡੀ ਦਾ ਨਹੀਂ ਗੱਡੀ ਦਾ ਮੁੱਲੀ ਉਹ ਜਾਲੀ ਜੀ ਫੁੱਟੀ ਆ ਬਸ ਉਹਦਾ ਨਿੱਗਰ ਨੂੰ ਉਹਦਾ ਕਿਆ ਜਾਣਾ ਹੋਰ ਆ ਸੁਪਰ ਤਾਂ ਲੋਹਾ ਦਾ ਸਾਲ ਸਿੱਧਾ ਹੋ ਜੂ ਗੱਡਾ ਨਹੀਂ ਸਿੱਧਾ ਹੋ ਜਾਂਦਾ ਲੋਹਾ ਦਿੱਤਾ ਹੋ ਤੂੰ ਬੰਦਾ ਸੁਪਰ ਜਿੰਕ ਆ ਸੋਫਰ ਹੈ ਪਲੱਸ ਜਿੰਕ ਇਹ ਪਾਣੀ ਛੱਡ ਦਿੰਦੀ ਆ ਹੋਰ ਰਾਜ ਪਾਣੀ ਜਾਨੂ ਸੀ ਜਾਲ ਪਾਣੀ ਜੇ ਨੇ ਉਹ ਕਰਨਾ ਜਾਨੂ ਹੀ ਟਾ ਦੇ ਦੇਣਾ ਚੱਲ ਫੇ ਚਲਾ ਜਾ ਜਾ ਤਾਂ ਦੇਸਤਾ ਦਾ ਰਹੇਗਾ ਬਸ ਉਹ ਰਲਾਉਣੀ ਕਿ ਇਕੜੀ ਭਰ ਦੇਣੀ ਆ ਕਿਆ ਰਾਵਣਾ ਯਾਰ ਮੈਂ ਉਹ ਸਿੱਧਾ ਰੱਖ ਕੇ ਭਰ ਲੋ ਜੁਣੀ ਆ ਜੀ ਕਾਇ ਨਹੀਂ ਹੋਗਾ ਨਾ ਨਾ ਵਾਰ ਨਾ ਦੋ ਮਾੜਾ ਮੋਟਾ ਕਿਤੇ ਹੋਊਗਾ ਵਿੱਚ ਕਹਿੰਦੀਆਂ ਗੱਲਾਂ ਇਹ
ਉਹ ਜਿੰਕ ਜਿੰਕ ਚ ਡਾਇਆ ਪਾਵੇ ਫਿਰ ਖਤਮ ਹੋ ਜਾਂਦਾ ਡਾਇਆ ਖਤਮ ਹੈ ਉਹ ਦੇ ਬਲੇਡ ਤੂੰ ਛਿੱਟਾ ਹੀ ਗਲਤ ਦੇਣ ਲੱਗੇ ਲਾ ਕੇ ਬਲੇਡ ਤੇ ਥੱਲੇ ਮਤੇ ਪਹੁੰਚਦਾ ਛਿੱਟਾ ਹੁੰਦਾ ਯਾਰ ਸਣਾ ਠੀਕ ਹੈ ਪਿੱਛੇ ਰਾਤ ਨੂੰ ਮਤੇ ਯਾਰ ਚਾਰ ਥੱਲੇ ਕਿ ਕਿੰਨੇ ਥੱਲੇ ਆ ਸੁਫਰ ਦਾ ਸਾਨੂੰ ਲੱਗ ਘੁੰਮਣਾ ਪੈਣਾ ਤਾਂ ਉਹ ਬਾਈ ਥੱਲੇ ਕਿਹੜੇ ਸੁਫਰ ਦੇ ਚਾਰ ਡਾਇਰੇ ਕਿੰਨੇ ਆ ਚਾਰ ਫੇਰ ਕੀ ਕਰਦੇ ਕੋ ਗੱਲ ਬਣੀ ਉਹ ਤਾਂ ਛਿੱਟਾ ਤਾਂ ਉਨੇ ਆਉਣੇ ਤੇਰੇ ਤਾਂ ਉਹ ਕਿੱਥੇ ਹੁਣ ਸਾੜੀ ਰਲ ਕੇ ਜਾਂਦੀ ਇੱਕ ਫਾਂਟ ਉਹ ਬਾਈ ਛਿੱਟਾ ਤਾਂ ਫਾਂਟ ਮਾਨੂੰ ਫੇਰ ਘੁੰਮਣਾ ਪੈਣਾ ਯਾਰ ਛਿੱਟਾ ਤਾਂ ਉਨੇ ਹੀ ਆਉਣਾ ਫਿਰ ਵੀ ਤਾਂ ਫੇਰ ਉਹੀ ਗੱਲ ਯਾਰ ਤੂੰ ਕਰੀ ਜਾਂਦਾ ਤੁਸੀਂ ਨਹੀਂ ਮੰਨੀ ਗੱਲ ਇਹਦੀ ਗੱਲ ਜਿਹੜੀ ਆਹ ਗੱਲ ਨਹੀਂ ਮੰਨਣੀ ਹਾਂ ਕਰ ਲੈ ਜਾ ਕਰ ਲੈ ਇੱਕ ਵਾਰ ਚਾਰ ਕਿੱਲਿਆਂ 'ਚ ਚਾਰ ਥੱਲੇ ਘਮਾਉਂਗਾ ਮੈਂ ਡਾਏ ਦੇ ਚਾਰ ਕਿੱਲਿਆਂ 'ਚ ਚਾਰ ਥੱਲੇ ਡਾਏ ਦੇ ਘਮਾਤੇ ਉਹ ਉੱਥੀ ਬਾਰ ਮੈਂ ਫੇਰ ਸੁਪਰ ਤੇ ਚਾਰ ਕਿੱਲਿਆਂ 'ਚ ਚਾਰ ਥੱਲੇ ਘਮਾਉਂਗਾ ਹੁਣ ਇੱਕ ਵਾਰ ਘੁੰਮਣਾ ਹੈ ਦੋਹੇ ਚੀਜ਼ਾਂ ਗਿਰ ਗਈਆਂ ਉਹ ਸਮਝ ਨਹੀਂ ਮੰਨੀ ਉਹਨੇ ਥੱਲੇ ਉਹਨੀਆਂ ਝੋਲੀਆਂ ਹੋਣੀਆਂ ਸਮਝ ਨਹੀਂ ਆਉਂਦੀ ਗੱਲ ਤੁਹਾਡੀ ਚੱਲ ਠੀਕ ਹੈ ਤੁਸੀਂ ਕਰ ਲਓ ਤੂੰ ਚੱਲ ਸਾਡਾ ਕੰਪਿਊਟਰ ਵਸੀ ਜਾਂਦਾ ਤੇ ਉਰੇ ਠੀਕ ਨਹੀਂ ਗੱਲ ਇਹਦਾ ਹੁਣ ਸਾਨੂੰ ਪਤਾ ਕੰਪਿਊਟਰ ਕਰਾ ਲੈ ਦੋ ਫਿਰ ਉੱਪਰ ਚਲਾ ਦਾਂਗਾ ਉਹ ਕੰਪਿਊਟਰ ਕਰ ਲੈ ਲਾ ਚ ਹੁਣ ਹੈ ਕੰਪਿਊਟਰ ਕਰ ਲੈ ਲੋ ਯਾਰ ਕੰਪਿਊਟਰ ਕਰ ਲੈ ਇੱਕੋ ਰਹਿ ਗਿਆ ਹੁਣ ਸੰਦ ਤੁਹਾਡੇ ਪਾ ਉਹ ਲੈ ਲਓ ਬਾਕੀ ਸਾਰੇ ਹੋ ਗਏ ਪੂਰੇ ਭਾਈ ਕਰੂੰਗੇ ਮਹਾਰਾਜ ਕਿਰਪਾ ਕਰੂੰਗਾ ਲਾਉਂਗੇ ਫਸਲ ਸਾਥ ਦੇ ਦੇ ਅੱਜ ਜਵੀ ਹੈ ਸਾਥ ਦੇਣੀ ਜਵੀ ਨਾ ਹੁਣ ਜਈ ਬੇਗੇ ਸੋ ਆਇਆ ਨਾ ਕਾ ਕੋਈ ਪਤਾ ਨਹੀਂ ਖਬਰੇ ਸਾਥ ਦੇ ਦੇਗੇ ਉਨੀ ਬੜਾ ਜਿਹੜਾ ਰੇਟ ਚੰਗਾ ਹੋਗਾ ਬੱਚੇ ਗੰਨੇ ਦਾ ਖਾਤਾ ਤੇ ਕੀ ਹੋ ਬਾਈ ਹਾਂ ਗੰਨੇ ਦਾ ਖਾਤਾ ਤੇ ਕੁ ਵੀ ਹੋ ਜੇ 100 ਰੁਪਏ ਦੀ ਰੇਟ ਮੇਰਾ ਨਹੀਂ ਆ ਰੇਟ ਚੰਗਾ ਜਾਊਗਾ ਹੁਣ ਕੱਗੇ ਮੈਂ ਬੀਜੀ ਆ ਉਹ ਗੱਲ ਕਿ ਹੁਣੀ ਲੇਟ 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 ਦਾ ਕੰਮ ਹੋ ਗਿਆ ਨਹੀਂ ਜੀ ਲੇਟ ਲੇਟ ਦਾ ਠੀਕ ਹੈ ਰੇਟ ਚੰਗਾ ਮਿਲਣਾ ਇਹਨੇ ਵੇਲੇ ਵੇਲੇ ਸਾਡੀ ਚੱਲ ਪੈਣੀ ਠੀਕ ਹੈ ਨਾ ਜੇ ਤਾਂ ਅਸੀਂ ਦੇਖ ਪਹਿਲਾਂ ਰਾ ਦੀਏ ਜੇ ਅਸੀਂ ਪਛੇਤੀ ਲਈ ਤਾਂ ਵੀ ਸਿਆਪਾ ਕਰਨ ਵੇਲੇ ਵੇਲੇ ਰੇਟ ਸਾਨੂੰ ਚੰਗਾ ਮਿਲ ਜਣਾ ਉਹ ਮੇਰੇ ਕਿੱਲੇ ਨਾਲ ਕਿਤੇ ਨਹੀਂ ਰੇਟ ਘਟਣ ਲੱਗਿਆ ਉਹ ਨਹੀਂ ਕਿੱਲੇ ਵਾਲੇ ਹੋਰ ਬਹੁਤ ਆ ਉਹ ਜਵੀ ਘਟ ਆ ਇਤਕੀ ਹੋਰ ਵੀ ਰੇਟ ਜਵੀ ਘਟ ਹਾਂ ਆਇਆ ਰੇਟ ਹੋਊਗਾ ਜਵੀ ਦਾ ਉਹ ਚੱਕਰ ਪਤਾ ਕੀ ਹੋਇਆ ਯਾਰ ਟਾਈਮ ਟਾਈਮ ਦੀ ਗੱਲ 1 ਸਾਲ 1.5 ਲੱਖ ਦੀ ਹੋ ਗਈ 2 ਕਿੱਲਿਆਂ 'ਚੋਂ ਚੱਕਰ ਪਤਾ ਕੀ ਹੋਇਆ ਕਿ ਰੇਟ ਪਰ ਪਿਛਲੇ ਸਾਲ ਕਰੇ ਹੋਇਆ ਲੋਕ ਸਿੱਧੇ ਗੰਨੇ ਨੱਠੇ ਗੰਨਾ ਵਧਾ ਦੇਣਾ ਗੰਨਾ ਵਧਾ ਦੇਣਾ ਉਹ ਧਾਨਾਂ ਦਾ ਝਾੜ ਦੇ ਤਾਂ ਸੋਹਣਾ ਇਥੋਂ ਮੈਂ ਮੁੜ ਕੇ ਉਹ ਕਹਿੰਦੇ ਹੁਣ ਸਾਰਾ ਧਾਨਾਂ ਗੰਨਾ ਪਿੱਛੇ ਆ ਕਿ ਧਾਨਾਂ ਤੇ ਹਾਂ ਜਿਹੜੀ ਜੱਜ ਦੀ ਯਾਦ ਨੂੰ ਦੇਖ ਨਹੀਂ ਜਿੱਦਨ ਨੂੰ ਮੜਦਾ ਰੇਡ ਮਗਰ ਉਦੋਂ ਨੱਠਣ ਨੇ ਗੰਨਾ ਰੋਕ ਦੇਣਾ ਤੇ ਫੱਗੇ ਵਾਲਾ ਗੰਨਾ ਰੋਕ ਦੇਣਾ ਇਹਨਾਂ ਨੇ ਹੁਣ ਹੁਣ ਤੂੰ ਮੈਨੂੰ ਐ ਦੱਸ ਗੋਡੇ ਗੋਡੇ ਹੋਊਗੀ ਹਾਂ ਗੋਡੇ ਗੋਡੇ ਹੋ ਕੇ ਪਹਿਲੀ ਵਾਰ ਕੱਚੀ ਜਿਹਾ ਵੜਾ ਦਮਾ ਤੂੰ ਰੇਟ ਦੇਖੀ ਉਹਦਾ ਮੈਂ ਰੇਟ ਦੇਖਦਾ ਦਲਵੀਰ ਜੇ ਰੇਟ ਤੋਂ ਮਿਲਦਾ ਰੇਟ ਵਧੀਆ ਹੋਇਆ ਗੋਡੇ ਗੋਡੇ ਹੱਟ ਤੋਂ ਕ੍ਰਿਕਟ ਵਧਾ ਦੇ ਅੱਗੇ ਫਿਰ ਮੈਂ ਐ ਕਹਿਣਾ ਵੀ ਬਾਡਾ 2 ਲੈ ਲੂੰਗਾ ਫਿਰ ਮੈਂ ਵੱਡਣੀ ਫਰਵਰੀ ਦੇ ਐਂਡ ਚ ਜਨਵਰੀ ਦੇ ਬਜਲ ਵੀ ਘਟਾ ਦੇਣਾ ਬਾਈ ਉਹ ਤੂੰ ਵਧਾ ਦੇ ਵੀ ਰੇਟ ਜੇ ਰੇਟ ਹੈਗਾ ਤਾਂ ਹਾਂ 2 ਹੋਣੀਆਂ ਬਾਡਾਂ ਜੇ ਰੇਟ ਹੈਗਾ ਤਾਂ ਨਹੀਂ ਨਹੀਂ ਫਾਇਦਾ ਨਹੀਂ ਕੋਈ ਇਹਦਾ ਖਰਚਾ ਹੀ ਹੈ ਫਿਰ ਕੋ ਸੁਪਰੇ ਥੱਲੇ ਅਜੇ ਉਹ ਵੀ ਰੇਟ ਪਤਾ ਕਰੋ ਯਾਰ ਕਾਹਦਾ ਗੰਨੇ ਦਾ ਡਾਲ ਪਰ ਛੱਡੀਏ ਹੋਰ ਕੀ ਆ ਤੇਰਾ ਛੱਡਦਾ ਨਹੀਂ ਅਗੂਨ ਪਤਾ ਹੋਣਾ ਯਾਰ 250 ਆ ਛੱਡਦੀ ਫਿਰ ਤਾਂ ਰੇਟ ਜਾਇਆ ਛੱਡਦੀ ਹੈ 290 ਰੁਪਏ ਰਹਿ ਗਏ ਆ ਚੱਕੀ ਉਹ ਬਥੇਰੀ ਆ ਸਣੇ ਆਗ ਬੱਤੀ ਆ ਨਾ ਉਹ ਫੇ ਤੈਨੂੰ ਹੁਣ ਨਾਲੇ ਕਹਿੰਦਾ ਰੇਟ ਪਤਾ ਕਰੋ ਉਹਦੇ ਰੇਟ ਦਾ ਸਵੇਰ ਉਹ ਕਣਕ ਕਣਕ ਦਾ ਵੀ ਜੋ ਇਹ ਵੀ ਟਿਕਟ ਕਰ ਦੋ ਇਹਨੇ ਵੇਲਾ ਆਉਣਾ ਰੇਟ ਵੱਜ ਜਾਣਾ ਆ ਲਈ ਰੇਟ ਰੋਕੀ ਬੈਠਾ ਹਾਂ ਤੂੰ ਕੀ ਲਈ ਰੇਟ ਰੋਕੀ ਬੈਠਾ ਹਾਂ ਤੇਰਾ ਹੈ ਅੱਗੇ ਫੂਸੇ ਫੂਸ ਪਿਆ ਹੁਣ ਇਹਦਾ ਨਾ ਹੋਣਾ ਸਾਲਾ ਉੱਪਰ ਹੀਟਰ ਕਾ ਬਾਤ ਹੈ ਨਾ ਹੀ ਕਹਿੰਦਾ ਦਰਵਾਜ਼ਾ ਨਹੀਂ ਕਰਿਆ ਇਹ ਦੇ ਬਣਨਾ ਸਮਾਂ ਤੇ ਹੇਠਾਂ ਦੇ ਵੱਡ ਹੋਈ ਵੀ ਫੂਸ ਜ਼ਿਆਦਾ ਹੈ ਹੁਣ ਦੇਖਦੇ ਕੀ ਬਣਦਾ ਇਹਦਾ ਉਹ ਕੀ ਚੱਕਰ ਹੁੰਦਾ ਉਹ ਯਾਰ ਫਾਕੂ ਪਿੱਛੇ ਦਵਾਣਾ ਉਹਨੇ ਓਏ ਮਹਾਰਾਜ ਤੁਹਾਨੂੰ ਦਿਖਾਉਂਦਾ ਜਮੀ ਸਿੱਟਾ ਦੇ ਕੇ ਕੀ ਬਣਦਾ ਭਾਈ ਸਭ ਦਾਖਲ ਦੇ ਹੱਦ ਹੈ ਚਲ ਦੋ ਹਿੱਟਾ ਫਿਰ ਚੱਲ ਵੀ ਚੱਲ ਝੋਲੀ ਕਿੱਥੇ ਤੇਰੀ ਉਹ ਦੇਖਦੇ ਹਾਂ ਸਿੱਟਾ ਦੇਖਾਂ ਜੀ ਪਤਾ ਵਾ ਚਾਚੇ ਨਾਲ ਕਰਾ ਗੱਲ ਚਾਚਾ ਸਵਾਰ ਕੇ ਦੱਸੂ ਹਾਂ ਚਾਚੇ ਨਾਲ ਕਰਾ ਦਾ ਮਹਾਰਾਜ ਹੱਥ ਮਾਰਾ ਉਹ ਜਿੱਦਾਂ ਜਿੱਦਾਂ ਹੁਣੀ ਉਕੜਾ ਹੋ ਕੇ ਖਾਣੀ ਠੀਕ ਨਹੀਂ ਗੱਲ ਹਰੇਕ ਚੀਜ਼ ਦੀ ਗਰੰਟੀ ਆ ਚੇ ਬੰਦੇ ਦੀ ਕੋਈ ਗਰੰਟੀ ਨਹੀਂ ਬੰਦੇ ਦੀ ਗਰੰਟੀ ਹੈ ਕਿਆ ਹੋਈ ਨਾ ਘੜੀ ਬੰਦਾ ਹਰੇਕ ਚੀਜ਼ ਦੀ ਗਰੰਟੀ ਮੰਗਦਾ ਆ ਚੀਜ਼ ਲਿਓ ਗਰੰਟੀ ਹਾਂ ਬੰਦੇ ਦੀ ਆਪਣੀ ਗਰੰਟੀ ਦੀ ਆਪਣੀ ਗਰੰਟੀ ਨਹੀਂ ਜੇ ਕੋਈ ਸੌਦਾ ਕਰੂਗੇ ਇਹਦੀ ਕਿੰਨੇ ਚਿਰ ਦੀ ਗਰੰਟੀ ਹੈ ਗਰੰਟੀ ਬੰਦੇ ਦੀ ਕੋਈ ਵੀ ਨਹੀਂ ਹੈਗੀ ਕਿਸ ਹਾਂ ਦੀ ਗਰੰਟੀ ਹੁਣ ਆਇਆ ਨਾ ਆਇਆ ਚੱਲ ਫਿਰ ਪਾਏ ਦਈ ਆ ਜਾ ਚੱਲ ਕਿਥਾ ਭਜਨ ਪਾਉਂ ਹੁੰਦਾ ਇਹਦੇ ਮੈਂ ਡਾਏ ਮਾ ਮਾਸੜ ਫੱਟੜ ਹੈ ਉਹਦੇ ਦੰਦ ਬੱਜੇ ਬੁੱਲੀ ਜੀ ਨੂੰ ਬਾਹਰ ਨਿਕਲ ਗਏ ਹੈ ਚਲ ਉਹ ਤੂੰ ਨੂੰ ਮੜਿਆ ਦੰਦ ਵੀ ਹਿੱਲ ਗਏ ਦੋ ਅੱਛਾ ਫਿਰ
ਸਾਰੇ ਅਰਜ਼ੀਆਂ ਦੇ ਗਏ ਬਾਈ ਅੱਗੇ ਅਰਜ਼ੀ ਵੀ ਨਹੀਂ ਪੜ੍ਹਦੇ ਹੁੰਦੇ ਤੀਏ ਦਿਨ ਅਰਜ਼ੀ ਮੈਨੂੰ ਜ਼ਰੂਰੀ ਕੰਮ ਪੈ ਗਏ ਹਲੇ ਪਤਾ ਲੱਗਦਾ ਜ਼ਰੂਰੀ ਉਰੇ ਕੋਈ ਜ਼ਰੂਰੀ ਕੰਮ ਦੀ ਵੀ ਦੇ ਹੁੰਦੀ ਵੀ ਰੋਟੀ ਵੀ ਕਹਿ ਦੀ ਨਾਲ ਰੋਟੀ ਵੀ ਕਹਿ ਦੇ ਨਾਲ ਮੈਂ ਹੁਣ ਆਪ ਵਰਤਾਏ ਹੋਏ ਆ ਨਾ ਬਈ ਆਪ ਤੇ ਰੋਟੀ ਹੁੰਦੀ ਆ ਕਿਆ ਲੱਗਣਾ ਚੌਲ ਵਾਲੇ ਨੂੰ ਬਣਾ ਦਿਓ ਉਹ ਚੌਲ ਵਾਲ ਲਿਓ ਬੰਦੇ ਵੱਧ ਆ ਟਰਾਲੇ ਮਾ ਪਿਆ ਠੰਡ ਨੀ ਲੱਗੀ ਰਾਤ ਨੂੰ ਟਰਾਲੇ ਚ ਪਿਆ ਥਾ ਅੰਦਰ ਰਹਿਣ ਤਿੰਨ ਘੰਟਾ ਹੋਰ ਹੈਗਾ ਦੇਖੋ ਜੀ ਨਜ਼ਾਰਾ ਬਣਤਾ ਅੱਧੇ ਕੁ ਘੰਟੇ ਦਾ ਕੰਮ ਹੋਰ ਹੈ ਚਿੱਟੇ ਦਾ ਪਰ ਹਲੇ ਜਵੀ ਦਾ ਵੀ ਦੇਣਾ ਹੈ ਪਾਲਾ ਯਾਰ ਫਿਰ ਤੂੰ ਪਿੱਛੇ ਫਿਰੀ ਜਾਂਦਾ ਮਾੜਾ ਜਿਹਾ ਮੈਂ ਪੂਰਾ ਵੀ ਕਰਦਾ ਪਿੱਛੇ ਜਿਹੜੀ ਤੰਗੀ ਰਹਿੰਦੀ ਆ ਲੱਗੇ ਤੈਨੂੰ ਬੜੀ ਲਿਖਦੀ ਆ ਦੂਰਬੀਨ ਖੇਤ ਵਾਲਾ ਚਾਹ ਵਾਲਾ ਪਿੰਨੀਆਂ ਵਾਲਾ ਜਿੱਥੇ ਮਰਜ਼ੀ ਘੁੰਮੇ ਆ ਬਿਲਕੁਲ ਪੱਕੀ ਗੱਲ ਹੈ ਨਾ ਫਿਰ ਜਾਈ ਕਦੇ ਜਾਂਦੇ ਲੋਕ ਪੱਕੇ ਨਾ ਜਾਓ ਯਾਰ ਕਦੇ ਵੀ ਮੁੜਕੇ ਕਿਹੜਾ ਆਇਆ ਨਾ ਨਾ ਮੁੜਕੇ ਆਓ ਮੁੜਕੇ ਨੀ ਕੋਈ ਪੈਸੇ ਕਮਾਓ ਮੁੜਕੇ ਇੱਥੇ ਕੰਮ ਕਰੋ ਬਣਾ ਕੇ ਬੰਦਾ ਚੀਜਣਾ ਜੇ ਫਸ ਜਾਂਦਾ ਹੈ ਉਹ ਫਿਰ ਤਾਂ ਚਾਚੇ ਕਿਆ ਦੱਸੀ ਹੈਲੋ ਜਾਂਦੇ ਨਹੀਂ ਗੱਡੀ ਲੈ ਲੈਣੀ ਲੋਨ ਪਰ ਮਕਾਨ ਲੈ ਲੈਣਾ ਉਹ ਕਿਸ਼ਤਾਂ ਹੀ ਉਤਰਦੀਆਂ ਸਾਰੀ ਉਮਰ ਫਿਰ ਕਿੱਥੇ ਨੂੰ ਚੁੰਮਾ ਦਾਦਾ ਨਹੀਂ ਤਾਂ ਆਹੋ ਚੱਲ ਸਾਰੇ ਤੇਰੇ ਕਲਾਸ ਤਾਂ ਲੱਗ ਗਿਆ ਤੇਰੀ ਮੋਟਰ ਪਰ ਉਹ ਵੀ ਮੈਸੜ ਆਏ ਆਏ ਗੱਲ ਤਾਂ ਉਹਦੀ ਠੀਕ ਹੈ ਮੈਨੂੰ ਹੋਰ ਬਾਈ ਨੇ ਵੀ ਬਹੁਤ ਦੱਸਿਆ ਕਹਿੰਦੇ ਨਜ਼ਾਰਾ ਦਾ ਬਾਈ ਪੰਜਾਬ ਮਾਈ ਹੈ ਮੈਂ ਕਹਿੰਦਾ ਚੱਲ ਹੁਣ ਅਸੀਂ ਤਾਂ ਕਹਿੰਦਾ ਚੱਲ ਗਏ ਯਾਰ ਹੁਣ ਉਹ ਮਾਹੌਲ ਸਾਨੂੰ ਉਹ ਹੋ ਗਿਆ ਪਰ ਕਹਿੰਦਾ ਬੰਦਾ ਸਾਰੀ ਉਮਰ ਵਾਸਤੇ ਕਹਿੰਦਾ ਜੇ ਮਕਾਨ ਲੈ ਲਿਆ ਤਾਂ ਮਕਾਨ ਦੀਆਂ ਕਿਸ਼ਤਾਂ ਉਧਰਨੀਆਂ ਇੱਥੇ ਮਕਾਨ ਪੈ ਛੱਡ ਕੇ ਉੱਥੇ ਮਕਾਨ ਬਣਾਉਣ ਜਾਂਦੇ ਇੱਕ ਵਾਰ ਆਉਣਾ ਉਰੇ ਬਾਰ ਬਾਰ ਥੋੜ੍ਹੀ ਆਉਣਾ ਉਹੀ ਕਹਿੰਦਾ ਮੈਂ ਦਵੱਲੇ ਜੋਗਾ ਬੰਦਾ ਦਵੱਲੇ ਜੋਗਾ ਬੰਦਾ ਫਸ ਜਾਂਦਾ ਜਾ ਕੇ ਉੱਥੇ ਫਿਰ ਜ਼ਿਆਦਾ ਐਂ ਹੋਵੇ ਅਸਲ ਬੰਦਾ ਉੱਥੇ ਜਾਵੇ ਪੈਸੇ ਕਮਾਓ ਪੈਸਾ ਉਰਗੀ ਲਾਓ ਆਪਣੇ ਇੱਥੇ ਪੰਜਾਬ 'ਚ ਕਿਹੜਾ ਦੇਖਿਆ ਤਾਂ ਮੁੜਦਾ ਇੱਕ ਵੀ ਦਿਖਾ ਦੇ ਵੀ ਹਾਂ ਫਲਾਣਾ ਮੁੜਿਆ ਚੱਲ ਉਹ ਜੀ ਅਸੀਂ ਵੀ ਚੱਲ ਗਏ ਅਸੀਂ ਕਿਹੜਾ ਪੈਸਾ ਇੱਧਰ ਲਿਆਉਣਾ ਮੇਰਾ ਉੱਧਰ ਲੰਬੀ ਸੋਚਣ ਲੱਗ ਜਾਂਦਾ ਨਿਆਣਿਆਂ ਦੀ ਜ਼ਿੰਦਗੀ ਆਪਣੀ ਬਸ ਇੰਨਾ ਕੁ ਤਾਂ ਕੋਈ ਕਮਾਉਂਦਾ ਹੈ ਨਹੀਂ ਵੀ ਅਗਲੀ ਆਉਣ ਵਾਲੀ ਪੀੜ੍ਹੀ ਖਾ ਲੂੰਗੀ ਬਹਿ ਕੇ ਚਲੋ ਉਹਨਾਂ ਨੇ ਵੀ ਖਲਵਾ ਹੁਣ ਅਸੀਂ ਕਮਾਉਂਦੇ ਆ ਹੁਣ ਬਾਪੂ ਵੀ ਸਾਡੇ ਵਾਸਤੇ ਕਮਾਉਂਦੇ ਲੰਘੇ ਪੰਜਾਬ ਦਾ ਹੁਣ ਅਸੀਂ ਗੁਰਿੰਦਰਨਾ ਵਾਸਤੇ ਕਮਾਈ ਜਾਣਾ ਗਾਹਾਂ ਗੁਰਿੰਦਰਨਾ ਨੇ ਆਪਣੇ ਨੇ ਜਵਾਕਾਂ ਵਾਸਤੇ ਕਮਾਈ ਤਾਂ ਚੱਲੀ ਜਾਣੀ ਜਿਹੜੀ ਰੀਤ ਚੱਲਦੀ ਹੈ ਚੱਲੀ ਜਾਣੀ ਘਾਟੇ ਵੱਧਦੀ ਜ਼ਿੰਦਗੀ ਗੱਦ ਥੋੜ੍ਹੀ ਮੇਰੀ ਜੀ ਆ ਜਾਂਦੀ ਹੈ ਇੱਥੇ ਆਏ ਨੀ ਜਾਂਦੀ
झूठा मेनू भी लग बैठा किधर दा तू बैठा दा पिछी दा भाई फिर चाह हो गया ओ ता सीन आत रहना है हां मखले भी गए आज हां पक्की गल है हां गए आज आए हुंदा चाचे हां मैं गड्डी जो सब ते पहले कौन नहीं जड़ी उठे जानी मार उतरे सट हैं यही उतरे सब ते पहले मैं छाल मारी थल्ले ਬਾਕੀ ਦੂਵੇ ਤਾਂ ਉਹਨੇ ਪੱਗੇ ਜੀ ਸਵਾਰ ਦਿੱਤੇ ਜਾਂ ਇਹ ਟਿਕਾਣੇ ਬੈਠਾ ਤਾ ਮੈਂ ਪਿੱਠ ਲੱਗੀ ਮਿਲਦੀ ਹੈ ਪਿੱਠ ਤਾਂ ਠੁਗੀ ਆ ਮੇਰੀ ਵੀ ਐ ਵੱਜਾ ਜਾਂਦਾ ਤਾਂ ਹੀ ਕਰਨ ਨੂੰ ਦੁਖਦੀ ਸੜੀ ਕੱਲ ਹੀ ਕੁਝ ਵੀ ਦੁਖਿਆ ਅੱਜ ਰਾਤ ਦੁਖਣ ਲੱਗੀ ਆ ਹੁੰਦਾ ਹੀ ਆ ਕੋ ਲਖਤ ਚੀਜ਼ ਦੀ ਸਪੀਡ ਜਾਂਦੀ ਨੇ ਰੁਕ ਜਾਂਦਾ ਯਾਰ ਰਾਜ ਨੇ ਪੁੱਛਣਾ ਵੀ ਤੇਰਾ ਹੋਰ ਤੇਰੀ ਕੋ ਦੁਖ ਲੈ ਦੰਦਾਂ ਵਾਲੇ ਸਰ ਗਿਆ ਬਾਬਾ ਜੀ ਨੂੰ ਫੋਨ ਕਰਨਾ ਤਾਂ ਮੈਂ ਸਵੇਰ ਨੂੰ ਡਾਕਟਰ ਨੇ ਆਉਣਾ ਤਾਂ ਫੋਨ ਕਰਿਆ ਤਾਂ ਮੈਂ ਫੋਨ ਕਰਕੇ ਦੇਖਦਾ ਯਾਰ ਬਾਬਾ ਜੀ ਤਾਂ ਸੁੱਚ ਬੰਦ ਹੈ ਦੂਆ ਮੈਨੂੰ ਕਰਦਾ ਹੈ ਕੁਛ ਨਹੀਂ ਹੋਇਆ ਹੋ ਜਾਣਾ ਠੀਕ ਹੈ ਦੋ ਦਿਨ ਤੱਕ ਠੀਕ ਹੋ ਜਾਏਗਾ ਦਹਿਲ ਤਾਂ ਗਿਆ ਪਰ ਵਾਸਤੇ ਧੁੰਦ ਚ ਨਾ ਜਾਓ ਠੀਕ ਹੈ ਫਿਰ ਉੱਥੇ ਤੇ ਮੁੜਿਆ ਜਾਂਦੇ ਨਾ ਹੋਏ ਕਿੱਥੇ ਜਾਣਾ ਤਾਂ ਕਹਾਂ ਬਾਬਾ ਦਾਖਲ ਕਰਾਇਆ ਉੱਥੇ ਅਸੀਂ 12 ਵਜੇ ਉੱਥੇ ਗੱਡੀ ਕੱਢੀ ਉਹ ਬਾਈ ਇੰਨਾ ਵੀ ਨਹੀਂ ਯਾਰ ਹੁੰਦਾ ਹੈਗਾ ਸੱਟੇ ਖਾਣ ਗਏ ਤੇ ਉਹਦੇ ਚ ਗੱਡੀ ਜਾਂ ਤਾਂ ਗੱਡੀ ਵੀ ਯਾਰ ਉਹ ਹੋਵੇ ਉਹ ਨਹੀਂ ਗੱਡੀ ਅਰਸ਼ ਵੀ ਜੋੜੀ ਮਰਜ਼ੀ ਹੋਵੇ ਧੁੰਦ ਚ ਰਿਸਕੇ ਆ ਟੂ ਦਾ ਪੁਆਇੰਟ ਉਹ ਹੌਲੀ ਜਾਣਾ ਚਾਹੀਦਾ ਗੱਡੀ ਧੁੰਦ ਚ ਜਮੇ ਹੌਲੀ 10 ਮਿੰਟ ਲੇਟ ਹੋ ਜੂਗੇ ਆਲੀ ਮਾਰ ਲੰਦੀ ਆ ਕਾਲੀ 1 ਵਜੇ 2 ਵਜੇ 3 ਵਜੇ ਕਾਲੀ 4 ਵਜੇ ਮਗਰੇ ਦੜ ਦੜ ਕੋਈ ਇੱਧਰ ਵਾਦੀ ਕੋਈ ਇੱਧਰ ਵਾਦੀ ਹੈ ਜੇ ਸਾਹਮਣੇ ਦਿਖਦਾ ਅਗਲੇ ਨੂੰ ਮੂਹਰੇ ਲੱਗਿਆ ਪਿਆ ਚੀਕੂ ਚੀਕੂ ਹੁੰਦੀ ਦੀ ਜਿਹੜਾ ਫਿਲਮਾਂ ਵਿੱਚ ਹੁੰਦੀ ਹੁੰਦੀ ਨਾ ਆਏ ਮਾਰਦੇ ਕੱਟ ਗੱਡੀ ਨੂੰ ਆਏ ਵਾਟ ਵਾਦੇ ਤੇ ਆਏ ਹੁੰਦਾ ਤੇ ਆਏ ਗੱਡੀ ਪੁੱਠੀ ਹੋ ਗਈ ਆਇਆ ਕਰਦੀ ਦੀ ਆਇਆ ਘੁੰਮਦੀ ਆਉਂਦੀ ਆਂਦੀ ਫਿਰ ਸਰਬਰੇਕਾ ਘੁਮਾ ਦੀ ਗੱਡੀ ਛੱਡਦੀ ਹੈ ਕਿੱਥੇ ਇੰਨੀ ਸਪੀਡ ਤੋਂ ਕੰਟਰੋਲ ਹੁੰਦਾ ਹੋਰ ਕੱਲ ਬਹੁਤ ਜਗ੍ਹਾ ਐਕਸੀਡੈਂਟ ਹੋਇਆ ਅੱਜ ਖਾ ਲਾ ਹੁਣੀ ਕਰੇਗੀ ਆਸ ਵੀਰ ਦੀ ਰਹਿੰਦੀ ਹੁਣ ਮੈਂ ਤਾਂ ਖਾ ਲਈ ਬਸ ਨਾ ਪਹਿਲੀ ਵਾਰ ਅੜੀ ਆ ਵੀ ਨਹੀਂ ਨਾ ਵਾ ਉਹ ਖੋਆ ਫਿਰ ਇਹ ਨਾ ਚੱਲ ਫਿਰ ਇਹਨੂੰ ਕਰ ਬੰਦ ਇੱਕ ਦੋ ਝੋਲਿਆਂ ਰਹੀ ਤੇ ਛੇੜਦੇ ਇਹਨੂੰ ਫੇਰ ਖਾਂਦਾ ਟੱਕਣ ਦੂ ਤਰ੍ਹਾਂ ਹਾਂ ਲੈ ਉੱਥੇ ਰੱਖ ਦੇ ਟਰੈਕਟਰ ਵਾ ਮੱਕੀ ਤਾਂ ਨਹੀਂ ਬੰਦ ਕਰਤੀ ਨਾਲ ਕੋਈ ਮੱਕੀ ਨਹੀਂ ਬੰਦ ਆਗੀ ਮੱਕੀ ਦੇ ਲਾ ਖੇਤਾਂ ਮਾਰ ਕਿੱਕਣ ਆ ਗਈ ਹੈ ਨਾ ਇਹਨੇ ਮਾਰ ਲਿਆ ਸਾਨੂੰ ਤਾਂ ਲੈ ਨਹੀਂ ਖੇਤ ਮੈਂ ਮੱਕੀ ਨਹੀਂ ਹੁੰਦੀ ਹੈਗੀ ਆ ਦੇਖ ਲੈ ਕਿਹੜਾ ਫਿਰ ਡੂਮਣੇ ਮੰਗਣਾ ਪਤਾ ਨਹੀਂ ਕਿਆ ਹੋਊਗਾ ਚਲੋ ਉੱਠੋ ਫਿਰ ਅਜੇ ਰਹਿ ਗਏ 2 ਕਿਲੋ ਨਗੜ ਦੇ ਛੱਟਾ ਦੇਣੇ ਨੂੰ ਜਾਂ ਚਲੋ ਯਾਰ ਚਾਚੇ ਭਰ ਤੋਂ ਝੋੜੀਆਂ ਫਿਰ ਮੈਂ ਤਾਂ ਝੋਲੀ ਫੜੂੰਗਾ ਤਾਂ ਹੀ ਪਾਉਂਗਾ ਯਾਰ ਆ ਜਾਓ ਉਹ ਚੱਲ ਆ ਜੀ ਵੀਰ ਉੱਠਿਆ ਆ ਗਿਆ ਮੈਂ ਤਾਂ ਇਹ ਸਭ ਤੇ ਥੱਕਿਆ ਹੋਇਆ ਮੈਂ ਨਹੀਂ ਕੁਝ ਨਹੀਂ ਕਹਿੰਦਾ ਮੈਂ ਤਾਂ ਆ ਜਾ ਦੇਖ ਕਹਿੰਦਾ ਮੈਨੂੰ ਜਬਰੀ ਛੱਟਾ ਨਹੀਂ ਦਿਖਦਾ ਲੈ ਹੁਣ ਤੈਨੂੰ ਕਿੱਥੇ ਦਿਖਾਈ ਜਬਰੀ ਛੱਟਾ ਇੱਥੇ ਛੱਟਾ ਦੇਖ ਜੂਗਾ ਪਹਿਲਾਂ ਜਬਰੀ ਮੈਨੂੰ ਲੱਗਦਾ ਤੂੰ ਹੀ ਖਾਣ ਛੱਡ ਦੇ ਉਹ ਬੱਸ ਕਰ ਖਾਣ ਛੱਡ ਦੇ ਤੂੰ ਸਾਨੂੰ ਬਸ ਹੀ ਛੱਡ ਦੇ ਨਾ ਮੇਰੀ ਖਾਣ ਮਾਰੇਗੀ ਆ ਤੇਰੀ ਭਾਈ ਹੁਣ ਤੁਸੀਂ ਐਂ ਦੱਸੋ ਵੀ ਜਿਹੜਾ ਬੰਦਾ 1 ਸੈਂਟ ਦਿੰਦਾ ਉਹ ਖਾਣ ਛੱਡੂਗਾ ਵੀ ਜਿਹੜਾ ਐਂ ਦਿੰਦਾ ਉਹ ਛੱਡੂਗਾ ਮੈਂ ਤਾਂ ਆਪਣੀ ਖਾਣ ਸਹੀ ਰੱਖਦਾ ਤੇਰੀ ਬੰਦਾ ਮੇਰੀ ਖਾਣ ਨਹੀਂ ਰਹਿੰਦੀ ਹੋਗੀ ਮੰਨਦਾ ਨੀ ਗੱਲ ਮੇਰੀ ਇੱਕ ਝੋਲੀ ਪਾ ਲੈ ਇਹਦੇ ਚ ਠੀਕ ਆਊਗਾ ਉਹ ਤਿੰਨ ਝੋਲੀਆਂ ਇਹ ਚ ਪੈ ਜਾਣੀਆਂ ਉਹ ਤਿੰਨ ਥੈਲੀਆਂ ਜਦੇ ਇਹਦੇ ਨਾਲ ਘੱਟ ਪੈਣੀ ਇਹਦੇ ਮਾਂ ਅੱਛਾ ਪਹਿਲਾਂ ਫਿਰ ਇਹਦੇ 'ਚ ਛਿੱਟਾ ਦੇ ਦਿੰਦੇ ਆ ਦੇਖ ਲੈ ਹੈ ਨਾ ਦੇ ਲੈ ਪਹਿਲਾਂ ਇਹ 'ਚ ਛਿੱਟਾ ਦੇ ਦਿੰਦੇ ਨਾਲੇ ਟਰੈਕਟਰ ਇੱਧਰ ਕੱਢ ਦੂੰਗੇ ਕਿਹੜਾ ਬੀਜ ਆ ਇਹਦਾ ਕੋਈ ਨਾਮ ਹੁੰਦਾ ਵੀਦੇ ਉਦਾਂ ਹੀ ਬਸ ਗੁੱਡਵਿਲ ਦਾ ਹੈ ਗੁੱਡਵਿਲ 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 ਚੱਕ ਕਿੰਨੇ ਕਿਲੋ ਥਲੀ ਆ ਚਾਹੇ ਇੱਕ ਸਾਢੇ 3 ਕਿਲੋ ਦੀ ਥੈਲੀ ਆ ਦੇ ਬੀਜ ਦਾ ਫਰਕ ਦੇ ਕਿੰਨਾ ਉਹ ਬੀਜ ਦਾ ਫਰਕ ਦੇਖ ਲੈ ਕਿੱਥੇ ਆ ਕਿੱਥੇ ਆ ਆ ਦੇ ਲੈ ਇਹਦਾ ਫਰਕ ਹੈਗਾ ਦਵਾਈ ਲੱਗੀ ਵੀ ਦੇਖਦੇ ਆ ਹੁਣ ਕੀ ਬਣਦਾ ਹੁਣ ਲੈ ਇੱਥੇ ਰੱਖ ਦੇ ਇਹਨੂੰ ਪਹਿਲਾਂ ਇੱਚ ਦੇ ਦੀ ਛਿੱਟਾ ਦੇ ਹਨਾ ਉਹ ਮਾ ਦੇ ਹੁਣ ਦੋ ਰਹਿ ਗਈਆਂ ਤਿੰਨ ਪਹਿਲਾਂ ਇੱਧਰੇ ਦੇ ਲੈ ਬੜੇ ਨੇ ਚੱਕ
ਉਧਰ ਤੇ ਆਈਏ ਪਰਾਂ ਤੇ ਤੇ ਮੈਨੂੰ ਪਾਤੀ ਦਾ ਮਤਲਬ ਇੱਕ ਫਾਲਤੂ ਜ਼ਿਆਦਾ ਆਹੋ ਉਹ ਖੁੰਜੇ ਤੇ ਹੀ ਆਉਂਦੇ ਖੁੰਜੇ ਤੇ ਇਧਰ ਨੂੰ ਆ ਜਾਂਦੇ ਆ ਚੱਲ ਅੱਛਾ ਠੀਕ ਕਿੰਨੇ ਕਿਲੋ ਪਾ ਕਿੱਲੇ ਦਾ ਇਹ 1 ਕਿੱਲੇ ਦਾ ਪੈਣਾ ਇਹ 30 ਕਿਲੋ 30 ਕਿਲੋ ਪੈਣਾ ਇਹ ਇਹਦਾ ਕਣਕ ਮੰਗਾ ਦੇ ਫਿਰ ਮੋਟਾ ਲਾਣਾ ਦੇਖ ਲੂ ਕਿਹੋ ਜਿਹਾ ਹੈ ਕਿੰਨਾ ਫਰਕ ਆ ਦੂਈ ਵਾਰੀ ਦਾ ਬਹੁਤ ਫਰਕ ਹੈ ਉਧਰ ਤੇ ਆ ਪਾ ਦੇ ਰਵੀ ਤਾਂ ਇਹਦੀ ਬੀਜ ਦਾ ਹੋਊਗਾ ਯਾਰ कणक मंगना पाया जो कणक हूं ना गौर पछाण हूं बहुत मोटा बीज है बाकी देख दे निकलता है ना पेंड भी घट है ਕਿੰਨਾ ਪੈਂਦਾ ਹੈ ਕਿਲੋ ਦਾ ਤੂੰ 30 ਕਿਲੋ ਕਹਿੰਦਾ ਹੈ ਉਹ ਦੂਆ ਕਿੰਨਾ ਪਾਇਆ ਤਾ 5 ਕਿਲੋ ਦਾ ਫਰਕ ਪੈ ਗਿਆ ਕੀ ਬਈ ਲਾਤਾ ਸੁਪਰ ਹੀਟਰ ਦੇਖਦੇ ਆ ਕਿਲੋ ਕਿਹੜਾ ਦੇਣਾ ਤੇ ਫਿਰ ਦਿਖਾਉਂਦਾ ਤੁਹਾਨੂੰ ਭਾਈ ਦੇਖ ਲਓ ਪਰਾਲੀ अपने कही आंदे अपने रोपड़ जिले च है भाई सब ते घट अग लगी है क्या जे किसी ने ला ली होगी नहीं जिसे मर्जी खेत मैं दिखा बिचे वाहे पे है ठीक नहीं गल पर साड़ी सब ठीक है सब तो हतराज है बलाचौर बलाचौर नहीं गए जोर ना पता जमा मेरे निकल गया ना आदत मेरे उ आना तो देख फुल पराली बहुनी अस ਤੇਰੇ ਕੋਲ ਹੋਰ ਹਾਂ ਆਉਣਾ ਤਾਂ ਨਿੱਤਰ ਦਾ ਫੋਨ ਆਇਆ ਤਾਂ ਮੈਨੂੰ ਕਾ ਭੇਜ ਦੇ ਭਾਈ ਸਾਹਿਬ ਕਾ ਭੇਜ ਦੇ ਸਾਡਾ ਸ਼ਰਾਰਤ ਨਹੀਂ ਚੱਲਣਾ ਕੰਮ ਜਾਂ ਮਰਜੀ ਆ ਜਾਣ ਇੱਕ ਡੱਕਾ ਦੀ ਅੱਗ ਲਾਈ ਸਭ ਕੁ ਵਿੱਚ ਵਾਇਆ ਸਭ ਦੇ ਸਾਹਮਣੇ ਵੇਖ ਲਾ ਆਪਣੀ ਪਰਾਲੀ ਪਈ ਆ ਇਹ ਕਿਹੜਾ ਹੈਗੀ ਸੀ ਸਾਡਾ ਤਾਂ ਵੀਡੀਓ ਬਣਦੀ ਇਹਦੇ ਖੇਤ ਦੀ ਦੇਖ ਦੀ ਅਸੀਂ ਵੀਡੀਓ ਬਣਾਉਂਦੇ ਇੱਕ ਨਹੀਂ ਬਹੁਤੇ ਅਸੀਂ ਤਾਂ ਹੈ ਕਿ ਨਹੀਂ ਠੀਕ ਆ ਹੁਣ ਦੇਖ ਲੈ ਤੂੰ ਕਿੰਨਾ 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 ਮਾਲ ਪਿਆ ਲੈ ਲੈ ਦੇਖ ਤਾਂ ਭਾਈ ਸਭ ਕੁ ਵਿੱਚੇ ਦੇਖ ਲੈ ਹੁਣ ਉੱਪਰੋਂ ਬਣੀ ਆਈ ਜਾਣਾ ਇਹਨੇ नहीं ऐसे कणक जमनी सारी जमे होनी थी है कोई फर्क है कोई बड़ा फर्क ठीक है यार मेरी गल सुन अरे कि सारा गल नहीं है सारा माल बिच गलना हूं इन पानी लगने बिचे गली जाना इन्हें ठीक है ना भाई असं भी अग लाई है कहते लाओ ना पर सबसिडिया दो यार संत पर जोड़े पाँदी है हरेक दो भाई तो इस गल से तराज है भी सू सबसिडी नहीं मिली बस लंबर ही नहीं आया साड़ा दस अभी तो लोगों को कहते थक गए भी भाई अग ना लाओ अग ना लाओ अस लोगों के पा के बहुत समझते हूँ रिश्ते लिया पाया है साड़ी सबसिडी नहीं आई हैगी ठीक है यार ਬਣਾਉਂਦਾ ਜਾਂਦਾ ਹੁਣ ਇੱਕ ਵਾਰੀ ਉਹ ਕੰਮ ਨਿਬੜ ਜਾਣਾ ਚੱਲ ਇਹ ਤਾਂ ਕੱਲ੍ਹ ਵੀ ਦਿੱਲੀ ਜੀ ਕੱਲ੍ਹ ਕੀ ਆਇਆ ਮੈਂ ਤਾਂ ਕੱਲ੍ਹ ਅਸੀਂ ਨਿਬੜ ਜਾਣਾ ਦਾ ਕੰਮ ਆ ਹੁਣ ਤਾਂ ਬਾਈ ਕੋਈ ਸ਼ੱਕ ਨਹੀਂ ਹੈ ਕਿ ਵਿੱਚ ਹੈ ਸਭ ਕੁਝ ਪਰ ਫੁੱਲ ਪਰਾਲੀ ਹੈ ਜਿੰਨੀ ਕਹਦੇ ਆ ਤਾਂ ਬਹੁਤ ਪਰਾਲੀ ਹੈ ਤੇਰੀ ਵੱਢ ਨਹੀਂ ਹੋਈ ਆ ਕਮੈਨ ਨਾਲ ਇਹ ਕਮੈਨ ਥੱਲੇ ਚੱਕੀ ਹੈ ਗਰੀ ਹੋਈ ਤੀ ਜਿਹੜੀ ਗਰੀ ਵੀ ਸਾਰੀ ਥੱਲੇ ਚੱਕੀ ਆ ਉੱਕੜੀ ਪਿਆ ਫੂ ਮੈਂ ਦੇਖ ਲਾ ਵੀ ਕੱਢਿਆ ਨਹੀਂ ਕੋਈ ਕੁਝ ਨਹੀਂ ਕਰਿਆ ਆਪਾਂ ਕਹਿੰਦੇ ਵੀ ਚਾ ਜਿਹੜੀ ਉਹ ਆਪਾਂ ਹੇਠਾਂ ਵੱਢੀ ਆ ਬਿਲਕੁਲ ਟੂਟਾ ਬੀਟਰ ਤੰਗ ਕਰੂਗਾ ਹੋਰ ਤੰਗ ਕਰਿਆ ਜਮੈਂ ਨਾ ਕਰਿਆ ਨਾ ਹਾਂ ਕਿੱਥੇ ਤੰਗ ਕਰਦਾ ਦੇਖਦੇ ਸਾਹਿਬ ਨਾਲ ਆਰਾਮ ਨਾਲ ਚੱਲਦਾ ਹਾਂ ਕੋਈ ਟਰੈਕਟਰ ਨੂੰ ਫਰਕ ਨਹੀਂ ਕਾਸ ਨੂੰ ਫਰਕ ਨਹੀਂ ਹੈਗਾ ਸੁਪਰ ਹੀਟਰ ਦਾ ਫਰਕ ਹੈ ਭਾਈ ਹਾਂ ਪਰਾਲੀ ਆ ਦੇ ਵਿੱਚ ਪਤਾ ਨਹੀਂ ਕਿੱਥੇ ਦੇਖ ਲਾ ਧਰਤੀ ਧਰਤੀ ਚ ਪਾਤੀ ਸਾਰੀ ਹੁਣ ਆਹ ਤੇਰੀ ਫਾਂਟ ਆਉਣੀ ਆਹੀ ਕੁਛ ਆਹੋ ਫਾਂਟ ਦਾ ਬਣਨਾ ਦੇਖੀ ਆ ਦੋ ਚੱਲ ਉਧਰ ਮੰਨ ਵੀ ਤੂੰ ਆਹ ਹੁਣ ਇੱਕ ਫਾਂਟ ਆਈ ਇਧਰ ਆ ਦੋ ਆ ਗਏ ਇਧਰ ਫੂਸ ਉੱਪਰ ਤਾਂ ਦੋ ਆ ਗਈਆਂ ਹਾਂ ਆ ਦੇਖ ਲੈ ਫੂਸ ਉੱਪਰ ਦੋ ਆ ਗਈਆਂ ਆ ਦੋ ਆ ਗਈਆਂ ਇਧਰ ਆ ਸਾਈਡਾਂ ਫੂਸ ਪੈ ਵੀ ਦੇਖ ਲਓ ਹੋਰ ਆ ਸਾਈਡਾਂ ਦੇਖ ਲਓ ਸਾਰੇ ਖੇਤ ਮੈਂ ਯਾਰ ਕਿੱਥੇ ਜਿੱਥੇ ਮਰਜ਼ੀ ਮਾਰ ਲਾ ਹੱਥ ਜੇ ਤੂੰ ਐ ਮਾਰ ਦੇ ਐ ਹੋ ਕਰ ਲਈ ਕੱਟੀ ਪੰਟ ਹੋ ਜਾਂਦੀ ਜਦੇ ਪੰਟ ਹੋ ਜਾਂਦੀ ਐ ਆ ਸਭ ਕੋ ਵਿੱਚੇ ਪਿਆ ਦੇਖ ਲੈ ਹੁਣ ਲੈ ਨਜ਼ਾਰਾ ਆਇਆ ਪਿਆ
ਬਹੁਤ ਵਧੀਆ ਹੈ ਕੰਮ ਨਿਬੜ ਜਾਣਾ ਹੁਣ ਇਹਨੇ ਸ਼ਾਮ ਨੂੰ ਬਾਹਰ ਨੇ ਬੱਟਾਂ ਕੱਢ ਨੂੰ ਪਾਉਂਗੇ ਖੁੰਜੇ ਕੱਲ੍ਹ ਨੂੰ ਗੁੱਡੂ ਦੇ ਠੀਕ ਨੀ ਰਹਿ ਗਏ ਗਿੱਲੇ ਆਪਣੇ ਰਹਿ ਗਏ ਕੱਲ੍ਹ ਨੂੰ ਮੰਡ ਵਾਲਾ ਰਹਿ ਜਾਣਾ ਹੁਣ ਉਹਨਾਂ ਨੇ ਪੰਡਾਂ ਬਣਾਉਣੀ ਗੁੱਜਰਾਂ ਨੇ ਉਹ ਕਹਿੰਦੇ ਅਸੀਂ ਪਰਾਲੀ ਕਣਕ ਲਾਉਣੀ ਹੈ ਹੈ ਕਣਕ ਹਾਂ ਹਾਂ ਉੱਥੇ ਕਣਕ ਬੀਜਣੀ ਹੈ ਉਹ ਕਹਿੰਦੇ ਅਸੀਂ ਪਰਾਲੀ ਚੱਕਣੀ ਹੈ ਹਾਂ ਹਾਂ ਸੁਪਰ ਸੀਡਰ ਵਾਲੇ ਬੀਜਣੀ ਹੈ ਇਹ ਤਾਂ ਕਹਿੰਦੇ ਜੇ ਨਾ ਵੱਢਦੇ ਕੱਟਰ ਅਸੀਂ ਵਿੱਚ ਇੱਕਣੀ ਵੱਢ ਲੈਣਾ ਸਭ ਕੁਝ ਗਲਤੀ ਕਰ ਲਈ ਹੁਣ ਵੱਢੀ ਵੀ ਮੀਂਹ ਪੈ ਗਿਆ ਹੁਣ ਉਹਨੂੰ ਕਿਹਾ ਵੀ ਤੀਲਾ ਮਾਰ ਕੇ ਇਕੱਠੀ ਕਰ ਲਓ ਇਹਨੂੰ ਨਹੀਂ ਤਾਂ ਸਭ ਕੁਝ ਵਿੱਚ ਠੀਕ ਹੈ ਲਵੇਟ ਤਾਂ ਸਾਰਾ ਕੁਝ ਵਿੱਚ ਜ਼ੋਰ ਦਾ ਕੰਮ ਯਾਰ ਨਾ ਡਰਨੇ ਜ਼ੋਰ ਦਾ ਕਾਹੇ ਜੀ ਹੈ ਆਪਣਾ ਵਿੱਚੇ ਵਾਹ ਕੇ ਚੱਲ ਬਸ ਬੀਜਣੀ ਸਾਰੀ ਦੁਬਾਰਾ ਪੈਣੀ ਜਿਹੜੀ ਬੀਜ ਵੀ ਦਿੱਤੀ ਸੀ ਮੀਂਹ ਪੈ ਗਿਆ ਗਿੱਲ ਬਹੁਤ ਆ ਗਿੱਲ ਬਹੁਤ ਵਾਧੂ ਗਿੱਲ ਮੀਂਹ ਕਰਕੇ ਫਰਕ ਆ ਇੱਥੇ ਪਾਣੀ ਖੜਾ ਤਾਇਰ ਪਰਸ ਜ ਉੱਥੇ ਜਾਂ ਜਿੱਦਣ ਮੀਂਹ ਪਿਆ ਆ ਠੀਕ ਆ ਇਸ ਲਈ ਜ਼ਮੀਨ ਹੈ ਇਹ ਵੀ ਚੰਗਾ ਪੈ ਗਿਆ ਹੈ ਮੀਂਹ ਵੀ ਚੰਗਾ ਪੈ ਗਿਆ ਪੂਰਾ ਪਿਆ ਪਾਣੀ ਅੱਜ ਮੀਂਹ ਦੇ ਲਾਲਾਂ ਦੀ ਰਸਲੀ ਪਾਣੀ ਨਾਲ ਦੇਖ ਲੈ ਹੁਣ ਕਾਲੀ ਹੋਈ ਪਈ ਕਾਲੀ ਹੋਈ ਮਿੱਟੀ ਫਰਕ ਆ ਉਹ ਵੀ ਹਾਂ ਜਿਹੜਾ ਸਮਾਨ ਗਾਲਣਾ ਵਿੱਚ ਹੀ ਨਾ ਦੇਖੀ ਕਿਆ ਬਣਾਉਣਾ ਲਾਉ ਕਰਦੇ ਜ਼ਮੀਨ ਐਂ ਨਹੀਂ ਨਾ ਫਲਾਵ ਮਿੱਟੀ ਕਰ ਦੇਣੀ ਫਲਾਵ ਟੈਨ ਸਾਰੀ ਵਿੱਚ ਗਾਲਣੀ ਆ ਹੁਣ ਜਾਂ ਨੂੰ ਗਿੰਦਾ ਲਾਉਣਾ ਇਹਦੇ ਵਿੱਚ ਰੇਹ ਬਣ ਜਾਣਾ ਇਹਦਾ ਜ਼ਮੀਨ ਤੇਰੀ ਪੂਰੀ ਉਪਜਾਊ ਬਣਨੀ ਕਿੰਨੇ ਤੱਕ ਹੋਰ ਵੱਟਾ ਬਸ ਰੇਹ ਮਾਰ ਦੇਣੀ ਪਹਿਲਾਂ ਹੀ ਹੁਣ ਟੱਕੰਡੇ ਦੀ ਜੇ ਵੀ ਜਮਣੇ ਤੇ ਪਹਿਲਾਂ ਨਹੀਂ ਤਾਂ ਜੇ ਵੀ ਫੂਕ ਦੂਗੀ ਨਾਲੇ ਪਹਿਲਾਂ ਮਾਰ ਦੇਣੀ ਵੱਟਾਂ ਨੂੰ ਸਪਰੇ ਕੱਕ ਉੱਖ ਜਿਹਾ ਖਤਮ ਹੋ ਜੂ ਵੱਟਾਂ ਦਾ ਐਨ